ਅੱਗੇ ਹਸਪਤਾਲ ਕਿਹੜਾ ਗਾਂ ਵਿੱਚ ਹੀ ਗਾਂ ਆਹ ਗੱਡੀ ਗਿਰੀ ਹੈ ਇਹ ਗੱਡੀ ਗਿਰੀ ਹੈ ਬਾਬਾ ਜੀ ਅੱਗੇ ਹਸਪਤਾਲ ਕਿੱਥੇ ਹੈ ਜੁਸੀ ਚ ਲਿਆਓ ਜੁਸੀ ਚ ਲਿਆਓ ਨਾਂ ਨੰਬਰ ਦੇਖ ਉਹ ਕਈ ਵਾਰੀ ਹੁੰਦਾ ਨਾ ਹੈਲੋ ਇਹਨਾਂ ਦਾ ਨਾਂ ਤੇ ਨੰਬਰ ਲਿਖ ਲਾ ਕਿਹੜਾ ਪਿੰਡ ਆ ਗੱਡੀ ਆ ਉਹ ਕਈ ਵਾਰੀ ਮੁੜ ਕੇ ਤੁਸੀਂ ਔਰ ਤੁਹਾਡੀ ਕਾਰ ਹੈ ਆਲਟੋ ਤੁਸੀਂ ਕਿੱਥੋਂ ਹੈਲੋ ਨਾਂ ਨੰਬਰ ਲਿਖ ਲਾ ਬਾਈ ਦਾ ਠੀਕ ਹੈ ਹਸਪਤਾਲ ਲੈ ਕੇ ਜਾਈਏ ਨਾ ਸਿੱਧਾ ਉਦੋਂ ਨੂੰ ਤੁਹਾਨੂੰ ਤੁਸੀਂ ਤੁਹਾਨੂੰ ਜਾਣਦੇ ਉਹ ਐਂ ਐਂ ਢੋ ਲਾ ਲਓ ਉਹ ਐਂ ਲੈ ਜਾਓ ਲਾਓ 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 ਵੋਟ ਪਾਉਣ ਜਾ ਰਹੇ ਰਾਜਾ ਵੜਿੰਗ ਦਾ ਕਾਫਲਾ ਉਸ ਵੇਲੇ ਸੜਕ ਦੇ ਵਿਚਾਲੇ ਹੀ ਰੁਕ ਗਿਆ ਜਦੋਂ ਉਹਨਾਂ ਨੂੰ ਸੜਕ ਤੇ ਇੱਕ ਬਜ਼ੁਰਗ ਜ਼ਖਮੀ ਹਾਲਤ ਦੇ ਵਿੱਚ ਮਿਲਿਆ ਜਿਨ੍ਹਾਂ ਦਾ ਐਕਸੀਡੈਂਟ ਹੋ ਗਿਆ ਸੀ ਤੇ ਰਾਜਾ ਵੜਿੰਗ ਖੁਦ ਗੱਡੀ ਦੇ ਵਿੱਚੋਂ ਉਤਰੇ ਤੇ ਬਜ਼ੁਰਗ ਦੀ ਮਦਦ ਕਰਦੇ ਦਿਖਾਈ ਦਿੱਤੇ ਤੇ ਉਹਨਾਂ ਦੇ ਸੁਰੱਖਿਆ ਕਰਮੀਆਂ ਨੇ ਬਜ਼ੁਰਗ ਨੂੰ ਚੁੱਕ ਕੇ ਆਪਣੀ ਗੱਡੀ 'ਚ ਬਿਠਾ ਕੇ ਹਸਪਤਾਲ ਪਹੁੰਚਾਇਆ ਤੇ ਉਹਨਾਂ ਦਾ ਇਲਾਜ ਕਰਵਾਇਆ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕ ਰਾਜਾ ਵੜਿੰਗ ਤੇ ਉਹਨਾਂ ਦੇ ਸੁਰੱਖਿਆ ਕਰਮੀਆਂ ਦੀਆਂ ਤਾਰੀਫਾਂ ਕਰਦੇ ਨਜ਼ਰ ਆਏ ਨੇ ਅੱਗੇ ਹਸਪਤਾਲ ਕਿਹੜਾ ਗਾਂ ਵਿੱਚ ਹੀ ਗਾਂ ਆਹ ਗੱਡੀ ਗਿਰੀ ਹੈ ਇਹ ਗੱਡੀ ਗਿਰੀ ਹੈ ਬਾਬਾ ਜੀ ਅੱਗੇ ਹਸਪਤਾਲ ਕਿੱਥੇ ਹੈ ਜੁਸੀ ਚ ਲਿਆਓ ਜੁਸੀ ਚ ਲਿਆਓ ਨਾਂ ਨੰਬਰ ਦੇਖ ਉਹ ਕਈ ਵਾਰੀ ਹੁੰਦਾ ਨਾ ਹੈਲੋ ਇਹਨਾਂ ਦਾ ਨਾਂ ਤੇ ਨੰਬਰ ਲਿਖ ਲਾ ਕਿਹੜਾ ਪਿੰਡ ਆ ਗੱਡੀ ਆ ਉਹ ਕਈ ਵਾਰੀ ਮੁੜ ਕੇ ਤੁਸੀਂ ਔਰ ਤੁਹਾਡੀ ਕਾਰ ਹੈ ਆਲਟੋ ਤੁਸੀਂ ਕਿੱਥੋਂ ਹੈਲੋ ਨਾਂ ਨੰਬਰ ਲਿਖ ਲਾ ਬਾਈ ਦਾ ਠੀਕ ਹੈ ਹਸਪਤਾਲ ਲੈ ਕੇ ਜਾਈਏ ਨਾ ਸਿੱਧਾ ਉਦੋਂ ਨੂੰ ਤੁਹਾਨੂੰ ਤੁਸੀਂ ਤੁਹਾਨੂੰ ਜਾਣਦੇ ਉਹ ਐਂ ਐਂ ਢੋ ਲਾ ਲਓ ਉਹ ਐਂ ਲੈ ਜਾਓ ਲਾਓ 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 ਵੋਟ ਪਾਉਣ ਜਾ ਰਹੇ ਰਾਜਾ ਵੜਿੰਗ ਦਾ ਕਾਫਲਾ ਉਸ ਵੇਲੇ ਸੜਕ ਦੇ ਵਿਚਾਲੇ ਹੀ ਰੁਕ ਗਿਆ ਜਦੋਂ ਉਹਨਾਂ ਨੂੰ ਸੜਕ ਤੇ ਇੱਕ ਬਜ਼ੁਰਗ ਜ਼ਖਮੀ ਹਾਲਤ ਦੇ ਵਿੱਚ ਮਿਲਿਆ
ਜਿਨ੍ਹਾਂ ਦਾ ਐਕਸੀਡੈਂਟ ਹੋ ਗਿਆ ਸੀ ਤੇ ਰਾਜਾ ਵੜਿੰਗ ਖੁਦ ਗੱਡੀ ਦੇ ਵਿੱਚੋਂ ਉਤਰੇ ਤੇ ਬਜ਼ੁਰਗ ਦੀ ਮਦਦ ਕਰਦੇ ਦਿਖਾਈ ਦਿੱਤੇ ਤੇ ਉਹਨਾਂ ਦੇ ਸੁਰੱਖਿਆ ਕਰਮੀਆਂ ਨੇ ਬਜ਼ੁਰਗ ਨੂੰ ਚੁੱਕ ਕੇ ਆਪਣੀ ਗੱਡੀ 'ਚ ਬਿਠਾ ਕੇ ਹਸਪਤਾਲ ਪਹੁੰਚਾਇਆ ਤੇ ਉਹਨਾਂ ਦਾ ਇਲਾਜ ਕਰਵਾਇਆ। ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕ ਰਾਜਾ ਵੜਿੰਗ ਤੇ ਉਹਨਾਂ ਦੇ ਸੁਰੱਖਿਆ ਕਰਮੀਆਂ ਦੀਆਂ ਤਾਰੀਫਾਂ ਕਰਦੇ ਨਜ਼ਰ ਆਏ ਨੇ।